ਸਰਨਾ ਲਾਂਗੜੇ ਦੀ ਪੰਚਾਇਤੀ ਜ਼ਮੀਨ ਦਾ ਕਾਫੀ ਲੰਬਾ ਸਮਾਂ ਰੌਲਾ। ਆਹ ਕੁਛ ਕਬਜ਼ ਦੇ ਮਜ਼ਦੂਰ ਜਿਹੜੇ ਉੱਥੇ ਆਪਣੇ ਗੋਹਾ ਮਾੜੇ ਮੋਟੀਆਂ ਪਾਥੀਆਂ ਪੱਤ ਲੈਂਦੇ ਸੀਗੇ, ਕੱਲ੍ਹ ਉਹ ਚੌਧਰੀ ਆਏ, ਉਹਨਾਂ ਨੇ ਇਹਨਾਂ ਦੀਆਂ ਪਾਥੀਆਂ ਇਹਨਾਂ ਦੇ ਗੁਹਾਰੇ ਫੂਕ ਕੇ ਉਹ ਇਹਨਾਂ ਨੂੰ ਉੱਥੋਂ ਸੱਟਾਂ ਪੇਟ ਮਾਰੀਆਂ ਅਤੇ ਬੰਦੇ ਦਾਖਲ ਵੀ ਨੇ। ਦੇਖੋ ਕਿੱਡੇ ਸ਼ਰਮ ਦੀ ਗੱਲ ਆ, ਉਹ ਗਾਹਾਂ ਮਜ਼ਦੂਰਾਂ ਤੋਂ ਜ਼ਮੀਨ ਖੋਹ ਕੇ ਉਹ ਅੱਗੇ ਵੇਚ ਰਹੇ ਨੇ, ਉਹ ਵੇਚ ਰਹੇ ਨੇ। ਪੰਜਾਬ ਦੇ ਵਿੱਚ ਪਹਿਲਾਂ ਦੇਖਿਆ ਬੰਦਾ ਜਿਹੜਾ ਉਹ ਭਿੰਦਰਾ, ਉਹ ਇਹ ਦਾਅਵਾ ਕਰ ਰਿਹਾ ਵੀ ਕਾਰਵਾਈ ਕੀ ਕਰਤੀ ਜੀ, ਕਬਜ਼ਾ ਉਹਨਾਂ ਦਾ ਦਿਖਾਤਾ ਵੀ ਕਬਜ਼ਾ ਉਹਨਾਂ ਦਾ। ਉਹ ਸਿੱਧਾ ਸਿੱਧਾ ਕਹਿ ਰਿਹਾ ਵੀ ਪੰਚਾਇਤੀ ਜ਼ਮੀਨ ਸਾਡੇ ਨਾਂ ਆ, ਇੱਥੇ ਕਾਨੂੰਨ ਕਹਿੰਦਾ ਵੀ ਪੰਚਾਇਤੀ ਜ਼ਮੀਨ ਤੇ ਕੋਈ ਦਾਅਵਾ ਨਹੀਂ ਕਰ ਸਕਦਾ। ਇਹ ਉਹ ਦਾਅਵਾ ਕਰ ਰਿਹਾ ਵੀ ਪੰਚਾਇਤੀ ਜ਼ਮੀਨ ਸਾਡੀ ਆ, ਸਾਡੇ ਨਾਂ ਆ। ਅੱਜ ਤੱਕ ਪੰਚਾਇਤੀ ਜ਼ਮੀਨ ਕਿਤੇ ਚਾਹੇ ਉਹ ਸਾਮਲਾਟ ਆ ਚਾਹੇ ਦੇਹ ਸਾਮਲਾਟ ਆ, ਮੰਗ ਇਹ ਕਰਦੇ ਹਾਂ ਵੀ ਘੱਟੋ ਘੱਟ ਉਹਦੇ SC ST ਐਕਟ ਲਾ ਕੇ ਉਹਨੂੰ ਅਰੈਸਟ ਕਰੋ। ਆਹ 427 ਲਗਾ ਲਾ ਕੇ ਮਜ਼ਦੂਰਾਂ ਦੇ 57 ਕਰਤੀ, ਕਹਿੰਦੇ ਜੀ ਪਰਚਾ ਕਰਤਾ ਉਹਨੇ ਸੁਣਦੀ ਆ, ਠੀਕ ਆ ਅੱਜ ਕੋਈ ਗੱਲ ਕਰਦੇ ਠੀਕ ਆ, ਕੱਲ੍ਹ ਨੂੰ ਫਿਰ ਅਸੀਂ ਵੱਡਾ SSP ਸਾਹਿਬ ਨੂੰ ਘੇਰਾਂਗੇ ਸਾਡਾ ਲਾਉਣ। ਕਾਰਨ ਤਾਂ ਇਹ ਹੈ ਜੀ, ਸਾਨੂੰ ਵੀ ਹੱਕ ਨਹੀਂ ਮਿਲ ਰਿਹਾ, ਉਹਨਾਂ ਨੇ ਮਤਲਬ ਗੁਹਾਰੇ ਤੂੜੀਆਂ ਕਰੀਆਂ ਹੋਈਆਂ, ਉਹ ਕਰੀਆਂ ਜਨਾਨੀਆਂ ਕੁੱਟੀਆਂ ਹੋਈਆਂ ਨੇ, ਚਾਰ ਬੰਦੇ ਸਾਡੇ ਮਲੇਰਕੋਟਲੇ ਪਏ ਹੈ ਅਤੇ ਇੱਕ ਜਨਾਨੀ ਸੰਗਰੂਰ ਰੈਫਰ ਕਰੀ ਹੋਈ ਹੈ, ਉਹਦੇ ਵਾਧੂ ਸੱਟਾਂ ਨੇ, ਠੀਕ ਹੈ। ਇਹਨਾਂ ਨੇ ਉਹਨਾਂ ਦੇ ਬਿਆਨ ਲੈ ਕੇ ਆਹ ਧਾਰਾ ਲਾਈ ਹੈ, ਸਾਡੇ ਵੀ 57 ਕਰਤੀ ਇਹਨਾਂ ਨੇ, ਕ੍ਰੋਸ ਪਰਚਾ ਸਾਡੇ ਦੀ ਕਰਿਆ, ਸਾਡੇ ਦੇ ਪਰਚਾ ਕਰਾਤਾ, ਕਿਉਂਕਿ ਧਰਨਾਟਾ ਤੋਂ ਇਹ ਵੀ ਡਰਦੇ ਨੇ, ਰੁਪਈਏ ਲਏ ਨੇ ਇਹਨਾਂ ਨੇ ਖਾਧੇ ਨੇ, ਉਹ ਹਾਜ਼ਮ ਕਰ ਰਹੇ ਨੇ ਹੁਣ। ਇਹ ਕੱਲ ਮਿਲੇ ਸੀਗੇ ਜੀ, ਕੱਲ ਸਾਤੋਂ ਇਹਨਾਂ ਨੇ ਸਾਰਾ ਕੁਛ ਲਿਖਿਆ ਕੇ ਮਤਲਬ ਆਹ ਧਾਰਾ ਲਾਈ ਹੈ, ਸਾਡੇ ਦੀ ਕ੍ਰੋਸ ਪਰਚਾ ਕਰਿਆ ਇਹਨਾਂ ਨੇ, ਪੈਸੇ ਲਏ ਨੇ ਤੇ ਹਾਜ਼ਮ ਕਰ ਰਹੇ ਨੇ ਹੁਣ, ਗੇੜਾ ਮਾਰਦੇ ਨੇ ਮੁੜੇ ਆਉਂਦੇ ਨੇ ਤੇ ਉਹਨਾਂ ਨਾਲ ਸਭ ਕੁਛ ਕਰਦੇ ਨੇ, ਖਾਂਦੇ ਪੀਂਦੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਸਾਡੀ ਮਤਲਬ ਕੁੜੀਆਂ ਦੇ ਉਹਦੇ ਲੱਤ ਮਾਰੀ ਆ, ਉਹਦਾ 5ਵਾਂ ਮਹੀਨਾ ਲੱਗਿਆ ਸੀ ਇਹਨੂੰ, ਸਾਡੀ ਜੀ ਕੋਈ ਨੀ ਸੁਣਦਾ ਹੈਗਾ, ਅਸੀਂ ਜੀ ਉਹਦਾ ਹੱਕ ਲੈਣਾ ਚਾਹੁੰਦੇ ਹਾਂ, ਸਾਨੂੰ ਹੱਕ ਦੋ ਜੀ ਉਹਦਾ। ਤੇ ਅੱਜ ਕੀ ਹੋਇਆ, ਮਤਲਬ ਪ੍ਰਦਰਸ਼ਨ ਕਿਉਂ ਕਰਨਾ ਮਜਬੂਰੀ ਕਿਉਂ ਹੋ ਗਈ? ਹਾਲੇ ਸਾਡਾ ਕੋਈ ਹੱਲ ਹੀ ਨੀ ਕਰਿਆ ਸੀ ਗੱਲ ਦਾ, ਕੋਈ ਹੱਲ ਨੀ ਹੋ ਰਿਹਾ ਸਾਡਾ, ਠੀਕ ਹੈ। ਪੁਲਿਸ ਕੀ ਕਹਿ ਰਹੀ ਹੈ? ਪੁਲਿਸ ਸਾਡੇ ਕੁਛ ਨੀ ਕਹਿ ਰਹੀ, ਉਹਨਾਂ ਸਾਡਾ ਕੋਈ ਹੱਲ ਨੀ ਕਰਿਆ, ਠੀਕ ਹੈ। ਹਾਂਜੀ, ਉਹ ਕਹਿੰਦੇ ਮਾਮਲਾ ਦਰਜ ਕਰਤਾ, ਚੂੜੇ ਚ ਮਾਰ ਕੇ ਸਾਨੂੰ ਉਹ ਗਾਲਾਂ ਕੱਢਦੇ ਨੇ ਜੀ। ਕੌਣ ਕੱਢਦੇ ਨੇ? ਜੱਟ ਜੀ। ਅੱਛਾ, ਇੱਕ ਭਿੰਦਰ ਦਾ ਮੁੰਡਾ ਜੀ, ਉਹ ਕਹਿੰਦਾ ਸੀ ਚੂੜਿਆਂ ਨੂੰ ਕੁੱਟਣਾ, ਭਿੰਦਰ ਨੇ ਇਹ ਗੱਲ ਕਹੀ ਆ, ਕਹਿੰਦੇ ਕੁੱਟ ਕੇ ਰਾਤ ਨੂੰ ਜਾ। ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਤਾਂ ਕੀ ਤੁਹਾਡਾ ਅੱਗੇ ਰੁਕ ਹੋਊਗਾ? ਅਸੀਂ ਤਾਂ ਇਹੀ ਕੁਛ ਕਰਾਂਗੇ ਜੀ, ਧਰਨਾ ਹੀ ਲਾਵਾਂਗੇ, ਅਸੀਂ ਤਾਂ ਕਹਾਂ ਵਧਾਂਗੇ ਜੀ। ਕਿਵੇਂ ਕਿਵੇਂ ਕੀ ਗੱਲ ਹੋਈ ਸੀ? ਮੇਨ ਇਹ ਹੋਈ ਸੀ ਜੀ, ਜਦ ਉਹਨਾਂ ਨੇ ਸਟਾਰਟਿੰਗ ਕਰੀ ਸੀ, ਪਹਿਲਾਂ ਉਹਨਾਂ ਨੇ ਸਟਾਰਟ ਕੀਤਾ ਸੀ ਡੰਡੇ ਮਾਰਨੇ, ਅਸੀਂ ਤਾਂ ਹਲੇ ਕੁਛ ਵੀ ਨਹੀਂ ਕੀਤਾ ਸੀ। ਉਹਨਾਂ ਨੇ ਜਦੋਂ ਸ਼ੁਰੂ ਕੀਤਾ ਡੰਡੇ ਮਾਰਨੇ, ਫਿਰ ਅਸੀਂ ਸ਼ੁਰੂ ਕੀਤਾ ਸਾਡੇ ਹੱਲ, ਮੇਰੀ ਆਂਟੀ ਦੇ 7 ਵੱਜੀ ਗਈ, ਜਿਹੜੀ ਹੱਲ ਜਨਾਨੀ ਮੇਰੀ ਭਾਬੀ ਪ੍ਰੈਗਨੈਂਟ ਦੀ, ਉਹਨਾਂ ਦੇ ਲੱਤ ਮਾਰੀ ਹੈਗੀ, ਅਸੀਂ ਜਦ ਉਹਨਾਂ ਦੀ ਮਾਰ ਸਕਦੇ ਨੇ, ਫਿਰ ਮਾਮਾ ਧੀਆਂ ਦੀ ਇੱਜ਼ਤ ਇਹ ਕੀ ਕਰਨਗੇ। ਹੁਣ ਤੁਹਾਡੇ ਤੇ ਉਲਟਾ ਪਰਚਾ ਕਰਤਾ ਦਰਜ? ਹਾਂ, ਸਾਡੇ ਤੇ ਉਲਟਾ ਪਰਚਾ ਕੀਤਾ, ਅਸੀਂ ਇਹ ਚਾਹੁੰਦੇ ਵੀ ਉਹਨਾਂ ਨੂੰ ਗ੍ਰਿਫਤਾਰ ਕਰੇ। ਦੇਖਦੇ ਹੋ ਕੀ ਗੱਲ ਹੋਈ ਹੈ? ਅਸਲ ਤਾਂ ਮੈਂ ਆਉਂਦਾ ਸੀ ਜੀ ਅੰਮ੍ਰਿਤਗੜ੍ਹ ਨੂੰ ਆਪਦੇ ਕੰਮ ਤੋਂ ਛੁੱਟੀ ਕਰਕੇ ਗਿਆ ਸੀ, ਮੈਂ ਦੇਖਿਆ ਤਾਂ ਇਹ ਲੋਕ ਉਹਨੂੰ 2-3 ਟਰੈਕਟਰ ਤੇ ਉਹਨੂੰ ਵਾਹ ਕੇ ਤਾਂ ਉੱਥੇ ਇਹਨਾਂ ਦੇ ਪਾਥੀਆਂ ਜਾਂ ਗੁਹਾਰੇ ਤੇ ਉੱਥੇ ਅੱਗ ਲਾਈ ਇਹਨਾਂ ਨੇ, ਅੱਗ ਲਾ ਕੇ ਤਾਂ ਉਹਨਾਂ ਲਵੇ ਡਾਂਗਾਂ ਤੀਆਂ, ਇਹ ਕੱਲੀਆਂ ਬੁੜੀਆਂ ਦੇ ਉੱਥੇ ਕੋਈ ਵੀ ਇਹਨਾਂ ਦਾ ਬੰਦਾ ਨਹੀਂ ਸੀ, ਕਿਉਂਕਿ ਉਦੋਂ ਬੰਦਾ ਹੁੰਦੇ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ। ਲੇਡੀਜ਼ ਨੂੰ ਉਹਨਾਂ ਨੇ ਜਿਹੜਾ ਕੁੱਟਿਆ ਉਹ ਬਹੁਤ ਅੱਤਿਆਚਾਰ ਹੈ, ਵੀ ਇੱਕ ਗਰਭਵਤੀ ਸੀ ਉਹਦੇ ਢਿੱਡ 'ਚ ਲੱਤਾਂ ਮਾਰੀਆਂ ਨੇ, ਮਲੇਰਕੋਟਲੇ ਤੋਂ ਸੰਗਰੂਰ ਭੇਜਤਾ, ਸੰਗਰੂਰ ਤੋਂ ਅੱਜ ਪਟਿਆਲੇ ਭੇਜਤਾ, ਉਹਦੇ ਸਿਰ 'ਤੇ ਸੱਟਾ, ਉਹ ਵੀ ਸੀਰੀਅਸ ਹੈ। ਜਿਹੜੀ ਗਰਭਵਤੀ ਹੈ ਕੁੜੀ ਉਹ ਵੀ ਸੀਰੀਅਸ ਹੈ, ਇਹ ਅੱਜ
ਉਦੋਂ ਬਾਅਦ 5 ਵਜੇ ਤੋਂ ਬਾਅਦ ਜਾਂ ਸਾਡੇ ਬੱਚੇ ਦਾਖਲ ਹੋ ਗਏ ਨੇ, ਕਿਉਂਕਿ ਸਾਡੇ ਤਾਂ ਸਰੀਅਸ ਤੇ, ਅਸੀਂ ਤਾਂ ਇੱਥੇ ਬੈਠੇ ਤੇ ਥਾਣੇ 'ਚ। ਕੱਲ੍ਹ ਉਹ ਵੀ ਦਾਖਲ ਹੋਏ ਨੇ, ਉਹਨਾਂ ਦੇ ਕੋਈ ਸੱਟ ਨਹੀਂ ਸੀ ਸਾਡੇ। ਉਦੋਂ ਦੇਖਿਆ ਜਾਵੇ ਲੇਡੀਜ਼ ਕੋਲ ਕੋਈ ਡਾਂਗਾਂ ਤੀਆਂ ਵੀ ਉਹਨਾਂ ਨੇ ਡਾਂਗਾਂ ਮਾਰਤੀਆਂ ਸਾਡੇ ਲੇਡੀਜ਼ ਲਵੇ ਕਿੰਨਾ ਕੁ ਦਮ ਹੁੰਦਾ, ਕਿਉਂਕਿ ਅਸੀਂ ਤਾਂ ਇਹੀ ਚਾਹੁੰਦੇ, ਇਹਨਾਂ ਲੋਕਾਂ ਦੇ ਨੱਥ ਪੈਣੀ ਚਾਹੁੰਦੀ ਹੈ। ਜੋ ਸਾਡਾ ਹੱਕ ਬਣਦਾ ਹੈ ਸੰਵਿਧਾਨਕ ਤੌਰ 'ਤੇ, ਜਿੱਥੇ ਸਾਡੀ ਜਗ੍ਹਾ ਬਣਦੀ ਹੈ, ਸਾਡਾ ਤੀਜਾ ਹਿੱਸਾ ਬਣਦਾ, ਤੀਜਾ ਹਿੱਸਾ ਦੇ ਦੇਣ ਸਾਨੂੰ ਪਾਤੀਆਂ ਪੱਤਾਂ ਨੂੰ। ਪੁਲਿਸ ਕੋਲ ਗਏ ਹੋ ਤੁਸੀਂ SHO, ਕੀ ਕਹਿੰਦਾ ਪੁਲਿਸ, ਕੀ ਕਹਿ ਰਹੀ ਹੈ ਕਾਰਵਾਈ? ਪੁਲਿਸ ਨੇ ਹਾਲੇ ਤੱਕ ਕੋਈ ਬਣਦੀ ਕਾਰਵਾਈ ਨਹੀਂ ਕਰਦੀ ਜੀ, 7 ਵਜਾ ਇਹਨਾਂ 'ਤੇ ਕਰਤੀ। ਬਾਕੀ ਉਹਨਾਂ 'ਤੇ ਅਸੀਂ ਇਹੀ ਮੰਗਦੇ ਹਾਂ, SC ਐਕਟ ਲੱਗਣਾ ਚਾਹੀਦਾ, ਕਿਉਂਕਿ ਜਾਤੀ ਤੌਰ 'ਤੇ ਜਿਹੜੀ 5ਵੇਂ ਮਹੀਨੇ ਦੇ ਗਰਭਵਤੀ ਔਰਤ ਹੈ, ਉਹਦੇ ਪੇਟ 'ਚ ਮਾਰਨਾ, ਦੇਖੋ ਉਹਦਾ ਬੱਚਾ ਨੁਕਸਾਨ, ਹਾਲੇ ਪਤਾ ਨਹੀਂ ਕੀ ਬਣਨਾ ਕੀ ਨਹੀਂ, ਉਹਦੇ ਜਿਹੜਾ ਪੇਟ ਦੇ ਵਿੱਚ ਛੋਟਾ ਬੱਚਾ, ਅੱਜ ਉਹਦੇ ਨਾਲ ਵੀ ਭੂਰਨ ਹੱਤਾ ਕਰ ਰਹੇ ਨੇ ਇਹ ਲੋਕ, ਅੱਗੇ ਕੀ ਕਰਨਗੇ? ਕੱਲ੍ਹ ਇੱਕ ਲਾਂਗਣੀਆਂ ਪਿੰਡ ਦੇ ਵਿੱਚ ਇੱਕ ਸ਼ਾਮਲਾਟ ਜਗ੍ਹਾ, ਜਿਹਦੇ ਕਰਕੇ ਇਹਨਾਂ ਦਾ ਹੋਇਆ ਸੀ ਵੀ ਦੂਸਰੀ ਪਾਰਟੀ ਨੇ ਭੁਪਿੰਦਰ ਸਿੰਘ, ਆਪਣਾ ਗੁਰਵਿੰਦਰ ਸਿੰਘ, ਗੁਰਤੇਜ ਸਿੰਘ ਵਗੈਰਾ ਜਿਹੜੇ ਸੀਗੇ, 7 ਬੰਦੇ ਸੀਗੇ, ਇਹਨਾਂ ਨੇ ਉੱਥੇ ਲਾ ਕੇ ਸ਼ਾਮਲਾਟ ਜਗ੍ਹਾ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿੱਥੇ ਦੂਸਰੇ ਬੰਦੇ ਜਿਹੜੇ ਸੀਗੇ ਇਹਨਾਂ ਨੇ ਵਿਰੋਧ ਕੀਤਾ ਸੀ। ਅਤੇ ਕੱਲ੍ਹ ਆਏ ਸੀ, ਇਹਨਾਂ ਨੇ ਪੱਥਰ ਰੋੜਾ ਚੱਲਿਆ ਸੀ ਆਪਸ ਵਿੱਚ। ਉਹ ਅਮਨਾ ਜਿਹੜਾ ਮੁੰਡਾ ਹੈਗਾ ਅਮਨਦੀਪ, ਉਹਦੇ ਬਿਆਨ 'ਤੇ FIR ਦਰਜ ਕੀਤੀ ਆ, ਅਤੇ ਜੋ ਉਹਨੇ ਬਿਆਨ ਲਿਖਾਇਆ ਉਹ 'ਤੇ FIR ਦਰਜ ਕਰਤੀ ਗਈ ਆ। ਉਸ ਇਹਨਾਂ ਦੇ ਜਿਹੜੇ ਹੈਗੇ ਆ ਅਮਨਾ ਪਾਰਟੀ ਦੇ 3 ਬੰਦੇ ਹੋਰ ਜ਼ਖਮੀ ਹੈਗੇ ਆ, ਉਹ ਦਾਖਲ ਹੈਗੇ। ਜੋ ਵੀ ਇਹਦੀ ਇਹਨਾਂ ਨੇ ਸਟੇਟਮੈਂਟ ਦੇ ਉੱਤੇ FIR ਦਰਜ ਕਰਤੀ ਗਈ ਆ, ਜਿਹੜੇ ਬਾਕੀ ਰਹਿੰਦੇ ਆ ਉਹਨਾਂ ਜੋ ਕੋਈ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਜੋ ਵੀ ਬਣਦਾ ਹੋਊਗਾ ਕਾਰਵਾਈ ਹੋਰ